ਦਲੀਪ ਜੀ ਸਰਕਾਰ ਦੀ ਗੁੰਡਾਗਰਦੀ ਨਹੀਂ ਚੱਲੇਗੀ। ਦਲੀਪ ਜੀ ਸਕੂਲ ਵਿੱਚ ਸਿੱਖਿਆ ਮੰਤਰੀ ਆਏ ਸੀ ਹਰਜੋਤ ਸਿੰਘ ਬੈਸ, ਤੁਸੀਂ ਉਹਨਾਂ ਦਾ ਵਿਰੋਧ ਕਰਦੇ ਆ, ਕੀ ਸਾਰਾ ਮਾਮਲਾ ਹੈਗਾ? ਅਸੀਂ ਵਿਰੋਧ ਕਰਦੇ ਜੀ, ਕਿਸਾਨ ਜਥੇਬੰਦੀਆਂ ਨੇ ਜੀ ਧਰਨਾ ਲਾਇਆ ਜੀ, ਅਸੀਂ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਜੀ, ਇਹਨਾਂ ਨੇ ਸਾਨੂੰ ਮਿਲਣ ਦੀ ਬਜਾਏ ਜੀ ਇਹਨਾਂ ਦੇ ਪ੍ਰਸ਼ਾਸਨ ਨੇ ਜੀ ਪੁਲਿਸ ਵਾਲਿਆਂ ਨੇ ਜੀ ਸਾਡੇ ਸਾਥੀ ਆ ਰਹੇ ਆ ਜੀ, ਇਹਨਾਂ ਨੇ ਸਾਨੂੰ ਧੱਕੇ ਨਾਲ ਸਾਈਡ ਤੇ ਕੀਤਾ ਜੀ, ਔਰ ਅਸੀਂ ਇਹ ਮੰਗ ਕਰ ਰਹੇ ਹਾਂ ਜੀ ਜਿਹੜਾ ਝੋਨਾ ਰੁੜ ਗਿਆ ਜੀ ਉਹਦਾ ਮੁਆਵਜ਼ੇ ਦਾ ਛੇਤੀ ਐਲਾਨ ਕਰੋ ਜੀ, ਜਿਹੜਾ ਦਰਿਆ ਦੇ ਵਿੱਚ ਕਿਲੇ ਵਾਲਿਆਂ ਨੇ ਸੱਤ ਅੱਠ ਖੇਤ ਦਾ ਬੰਨ ਲਾਇਆ ਜੀ ਉਹਨੂੰ ਛੇਤੀ ਤੋਂ ਛੇਤੀ ਹਟਾਇਆ ਜਾਵੇ। ਠੀਕ ਆ, ਇਹ ਮੰਗਾਂ ਸਾਡੀਆਂ, ਉਹ ਅਸੀਂ ਆਪਣੇ ਲਈ ਨਿੱਜੀ ਨਹੀਂ ਮੰਗਦੇ, ਲੋਕਾਂ ਦੀਆਂ ਮੰਗਾਂ ਆ। ਠੀਕ ਆ, ਇਹ ਲਈ ਸਾਡੇ ਲੋਕਾਂ ਨੇ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਉਹ ਬੰਨ ਨੂੰ ਟੈਂਪਰੇਰੀ ਤੌਰ ਤੇ ਵਧਿਆ। ਉਦੋਂ ਬਾਅਦ ਐਸਡੀਐਮ ਨਾਲ ਗੱਲ ਕੀਤੀ, ਐਸਡੀਐਮ ਨੇ ਉੱਥੇ ਲੇਬਰ ਭੇਜੀ, ਉਹ 3 ਦਿਨ ਨਹੀਂ ਕੱਢੇ। ਉਹ ਇਸ ਕਰਕੇ ਅਸੀਂ ਐਸਡੀਐਮ ਸਾਹਿਬ ਦੇ ਬਈ ਜਿਹੜੇ ਕਹਿੰਦੇ ਸੀ ਇਹ ਸਰਕਾਰ ਤੁਸੀਂ ਪਿੰਡਾਂ ਤੋਂ ਚਲਾਉਂਗੇ, ਅਸੀਂ ਐਸਡੀਐਮ ਦੇ ਆਏ ਕਿ ਉਹ ਸਾਡੀ ਗੱਲ ਤਾਂ ਸੁਣੂਗਾ। ਤੋੜ ਗਿਆ, ਫਿਰ ਤੁਹਾਨੂੰ ਸਵਾਲ ਕਰਦੇ ਆ, ਉਹ ਪਹਿਲੇ ਜੋ ਕੰਜਰ ਕਰਦੇ ਸੀ ਉਹਨਾਂ ਨਾਲੋਂ ਤੁਹਾਡਾ ਕੀ ਬਦਲਾ ਆ? ਜੋ ਉਹ ਫਿਰ ਗਿਆ ਦਰਿਆ ਦੇ ਵਾਂਗੇ ਫੁੱਟਵਾ ਖਿਲਾ ਕੇ ਆ ਜਾਂਦੇ ਸੀ, ਤੁਸੀਂ ਵੀ ਉਹੀ ਕੁਛ ਕਰ ਰਹੇ ਆ। ਐਸਡੀਐਮ ਨੇ ਤੁਹਾਡੇ ਸਾਨੂੰ ਉਹ 2 ਮਿੰਟ ਦਾ ਵੀ ਟਾਈਮ ਨਹੀਂ ਦੇ ਸਕਦੇ। ਇਹ ਸਾਡੇ ਹਲਕਾ ਚਾਰ ਜੀ ਤੁਹਾਡੇ ਕੋਲ ਸਵਾਲ ਆ, ਤੁਹਾਡੇ ਕੋਲ ਰਿਕੁਐਸਟ ਆ, ਤੁਹਾਨੂੰ ਬੇਨਤੀ ਆ ਕਿ ਸਾਨੂੰ ਪੁੱਛਾ ਲਓ। ਬਹੁਤ ਹੀ ਸਤਿਕਾਰਯੋਗ ਮੇਰੇ ਜਥੇਬੰਦਕ ਸਾਥੀਓ, ਬਹੁਤ ਹੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਨਾਲ ਹਤੈਸ਼ੀ ਜੁੜਿਆ ਆ। ਮੈਂ ਬਹੁਤ ਹੀ ਵਧੀਆ ਪਰਿਭਾਸ਼ਾ ਸਾਥੀ ਨੇ ਥੋੜ੍ਹਾ ਜਿਹਾ ਮਨ ਦੇ ਵਿੱਚੋਂ ਕੀਤੀ ਆ, ਆਪਾਂ ਇਹਨਾਂ ਦੇ ਵੀ ਜਜ਼ਬਾਤਾਂ ਨੂੰ ਸਮਝਦੇ ਹਾਂ। ਮੇਰੇ ਖਿਆਲ 'ਚ ਆ ਵੀ ਤੁਸੀਂ ਸਾਰੇ ਹੀ ਆਪਣੇ ਘਰਾਂ ਦੇ ਕੰਮ ਧੰਦੇ ਛੱਡ ਕੇ ਇਸ ਬੰਨ ਬਚਾਉਣ ਨੂੰ, ਜਿਹੜਾ ਸਤਲੁਜ ਤੁਸੀਂ ਬੰਨ ਜਿਹੜਾ ਸੀਗਾ ਆਪਣੇ ਖਾਸ ਤੌਰ 'ਤੇ ਹਲਕਾ ਫਲੌਰ ਦਾ, ਬਹੁਤ ਹੀ 4 ਪੁਆਇੰਟ ਜਿਹੜੇ ਸੀਗੇ ਕਮਜ਼ੋਰ ਸੀਗੇ। 2 ਦਿਨ ਪਹਿਲਾਂ ਜਿਹੜੀ ਅਸੀਂ ਤੁਸੀਂ ਆਪ ਸਾਥੀਆਂ ਜੋਗਾ ਸਿੰਘ ਜੀ ਖੜ੍ਹੇ ਨੇ, ਸਰਕਾਰ ਸੰਤੋਖ ਸਿੰਘ ਜੀ ਖੜ੍ਹੇ ਆ, ਆਪਾਂ ਉੱਦਣ ਵੀ ਉੱਥੇ ਮੌ ਸਾਹਿਬ ਜਿਹੜੇ ਇਕੱਤਰਿਤ ਹੋਏ ਸੀਗੇ ਨਿਊ ਵਾਲੇ ਪੁਆਇੰਟ 'ਤੇ ਵੀ, ਔਰ ਜਿਹੜਾ ਛੋਲੇ ਬਾਜ਼ਾਰ ਵਾਲਾ ਪੁਆਇੰਟ ਆ, ਔਰ ਮੈਂ ਪੂਰਾ ਰਾਤ ਜਿਹੜਾ ਸੀ ਉੱਥੇ ਸਮਰਪਿਤ ਹੋ ਕੇ। ਸੰਤੋਖ ਸਿੰਘ ਜੀ ਦੇ ਰਾਸਤੇ ਵੀ ਮਿਲੇ ਸੀਗੇ, ਆਪਣੇ ਜੋਗਾ ਸਿੰਘ ਜੀ ਹੁਣੀ ਸਾਰੇ ਸੀਗੇ, ਅਮਰੀਕ ਸਿੰਘ ਹੁਣੀ ਸਾਰੇ ਉੱਥੇ ਬੈਠੇ ਸੀਗੇ, ਕਮਲਜੀਤ ਸਿੰਘ ਜੀ ਹੁਣੀ ਇੱਥੇ ਸਾਰੇ ਬੈਠੇ ਸੀ। ਸਾਰੇ ਲਾਉਣ ਦੀ ਨੌਬਤ ਕਿਉਂ ਆ ਗਈ? ਲੇਬਰੀਆਂ ਉੱਥੋਂ ਵੱਧ ਕਰ ਦਿੱਤੀਆਂ। ਪ੍ਰਿੰਸੀਪਲ ਸਾਹਿਬ, ਆਪਾਂ ਸਾਰੇ ਮਜ਼ਦੂਰਾਂ ਕਿਸਾਨਾਂ ਦੇ ਬੱਚੇ ਹਾਂ। ਸੰਤੋਖ ਸਿੰਘ, ਤੁਸੀਂ ਅੱਜ ਫਲੋਰ ਦੇ ਜਿਹੜਾ ਬੋਇਸ ਸਕੂਲ ਹੈਗਾ ਉਹਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਆਏ ਸੀ, ਆਗੂ ਆਏ ਸੀ, ਅਤੇ ਉਹਨਾਂ ਦਾ ਤੁਸੀਂ ਘਿਰਾਓ ਕੀਤਾ ਹੈਗਾ ਆਪਣੀਆਂ ਮੰਗਾਂ ਨੂੰ, ਸਰ ਕੀ ਸੀਗਾ ਮਾਮਲਾ ਇਹ? ਅਸੀਂ ਮਤਲਬ ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੀ, ਅਸੀਂ ਲਗਾਤਾਰ 8 ਦਿਨ ਤੋਂ ਸਾਡਾ ਮੋਰਚਾ ਜਿਹੜਾ ਮੌ ਸਾਹਿਬ ਦੇ ਉੱਤੇ ਜਿਹੜਾ ਬੰਨ ਆ, ਧੂਸੀ ਬੰਨ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅਸੀਂ ਬੈਠੇ ਲਗਾਤਾਰ ਉੱਥੇ। ਮਤਲਬ ਜਿਹੜਾ ਬੰਨ ਬਿਲਕੁਲ ਹੀ ਉਹ ਵੱਢ ਕੇ ਥੱਲੇ ਵਾਲਾ ਪਾਸਾ ਪਰਲੇ ਪਾਸੇ ਜਿਹੜਾ ਡੰਪ ਲੱਗ ਗਿਆ, ਉੱਧਰਲੇ ਪਾਸੇ ਜਿਹੜੇ ਵੱਡੇ ਵੱਡੇ ਪੋਪੂਲਰ ਸੀ, ਜਿਹਦੇ ਕਰਕੇ ਉਹ ਮਤਲਬ ਸਾਡੇ ਵਾਲਾ ਪਾਸਾ ਜਿਹੜਾ ਉਹ ਵੱਢ ਕੇ ਲੈ ਗਿਆ ਜੀ, ਜਿਹਦੇ ਕਰਕੇ ਅਸੀਂ ਬੰਨ ਨੂੰ ਪੱਕਾ ਕਰਨ ਲਈ ਮਜ਼ਬੂਤੀ ਲਈ ਉੱਥੇ ਬੈਠੇ ਹਾਂ। ਸਰਕਾਰ ਨੇ ਅੱਜ ਅਤੇ ਕੱਲ੍ਹ ਜਿਹੜੀ ਆ ਉਹ ਬਿਲਕੁਲ ਜਿਹੜੀ ਉੱਥੇ ਲੇਬਰ ਕੰਮ ਕਰਦੀ ਸੀ ਉਹਨੂੰ ਬੰਦ ਕਰ ਦਿੱਤਾ ਜੀ, ਜਿਹਦੇ ਕਰਕੇ ਸਾਨੂੰ ਪਰਸੋਂ ਇਹ ਪ੍ਰੋਗਰਾਮ ਉਡੀਕਣਾ ਪਿਆ, ਐਸ ਟੀ ਐਮ ਦਫ਼ਤਰ ਧਰਨਾ ਦੇਣਾ ਪਿਆ। ਧਰਨਾ ਅਸੀਂ ਦੇਣ ਆਏ ਸੀ ਅਤੇ ਐਸ ਟੀ ਐਮ ਉੱਥੋਂ ਜਿਹੜਾ ਭੱਜ ਗਿਆ, ਉਹ ਸਾਡੇ ਕੋਲ ਖੜ੍ਹਾ ਨਹੀਂ ਹੋਇਆ। ਅਸੀਂ ਫਿਰ ਸਾਨੂੰ ਪਤਾ ਲੱਗਾ ਵੀ ਜਿਹੜੇ ਸਿੱਖਿਆ ਮੰਤਰੀ ਆ ਉਹ ਇੱਥੇ ਫਲੋਰ 'ਚ ਆਏ ਆ, ਸਾਨੂੰ ਪਤਾ ਲੱਗਾ। ਜਦੋਂ ਅਸੀਂ ਹਲੇ ਆ ਰਹੇ ਸੀ ਤਾਂ ਉਹ ਸਿੱਖਿਆ ਮੰਤਰੀ ਵੀ ਇੱਥੋਂ ਚਲੇ ਗਏ,
ते उस तो बाद जो इत्थे इंचार्ज है प्रिंसीपल उन्हां दे नाल साडी पहला तो कहिंदे उह चले गया जी, असीं फिर उन्हां दी गड्डी घेर लई जी इत्थे, क्योंकि आह नौजवान उन्हां दा खड़ा ये कहिंदा जी गड्डी मेरी अपनी आ, ਇਹ ਆਮ ਆਦਮੀ ਕਿਹੜੀ ਗੱਡੀ ਨਹੀਂ ਹੈ ਜੀ, ਤੇ ਕਿਉਂਕਿ ਅਸੀਂ ਜਾਣਦੇ ਸਭ ਕੁਛ, ਅਸੀਂ ਰੋਟੀ ਨੂੰ ਚੋਚੀ ਨਹੀਂ ਕਹਿੰਦੇ, ਇਹਨਾਂ ਨੂੰ ਤਾਂ ਵੱਡੇ ਸਾਡੇ ਨਿਆਣੇ ਆ। ਸਾਨੂੰ ਇਹ ਆਸ਼ਵਾਸਨ ਦਵਾਇਆ ਵੀ ਜਿਹੜੀ ਸਵੇਰੇ ਲੇਬਰ ਜਿਹੜੀ ਹਟਾਈ ਆ ਉਸ ਸੰਬੰਧ ਤੇ ਲੱਗੇਗੀ, ਉਹ ਕੰਮ ਸ਼ੁਰੂ ਹੋਏਗਾ ਜਿਹੜਾ ਹਟਿਆ, ਉਹਦੀ ਮਜ਼ਬੂਤੀ ਲਈ ਅਸੀਂ ਇਹਨਾਂ ਨੂੰ ਦੱਸ ਦਿੱਤਾ ਵੀ ਸਾਡਾ ਮੋਰਚਾ ਉੱਥੇ ਲਗਾਇਆ, ਉਹ ਮੋਰਚਾ ਲੱਗਾ ਰਹੇਗਾ। ਜੇ ਸਰਕਾਰ ਨੇ ਪਾਣੀ ਦਾ ਪੱਕਾ ਹੱਲ ਨਾ ਕੀਤਾ, ਅਸੀਂ ਇਹਨਾਂ ਨੂੰ ਦੋ ਰਾਹ ਦੱਸਿਆ, ਇੱਕ ਤਾਂ ਉੱਥੋਂ ਫੌਰੀ ਜਿਹੜਾ ਹੋ ਸਕਦਾ, ਹੁਣ ਪਿੱਛੇ ਤਾਂ ਕਿਉਂਕਿ ਇਹ ਹੀ ਬਹਾਨਾ ਆ ਵੀ ਪੱਥਰ ਮੀਂਹ ਪੈ ਰਿਹਾ ਵੀ ਪੱਥਰ ਆ ਨਹੀਂ ਸਕਦਾ, ਉਹ ਪੱਕਾ ਬੰਦ ਤਾਂ ਲੱਗ ਨਹੀਂ ਸਕਦਾ, ਪਰ ਇਹਦੇ ਲਈ ਆਰ ਜੀ ਡਰੇਨ ਤਾਂ ਪੱਟੀ ਜਾ ਸਕਦੀ ਆ, ਠੀਕ ਆ, ਅਤੇ ਪਰਲੇ ਪਾਸੇ ਜਿਹੜਾ 2 ਕਿਲੋਮੀਟਰ ਲੰਬਾ ਜਿਹੜਾ ਹੈਗਾ ਦਰਿਆ ਆ ਉਹਦੇ ਵਿੱਚ ਡਰੇਨ ਤਾਂ ਪੱਟੀ ਜਾ ਸਕਦੀ, ਸਾਡਾ ਜਿਹੜਾ ਪਾਣੀ ਆ ਸਾਡੇ ਬੰਦ ਦੇ ਨਾਲ ਉਹ ਸੈਂਟਰ ਦੇ ਵਿੱਚ ਹੋ ਜਾਵੇ। ਹੁਣ ਕੀ ਕਿਹਾ ਹੁਣ ਉਹ ਕਹਿੰਦੇ ਵੀ ਅਸੀਂ ਇਹ ਕੰਮ ਕਰਦੇ ਹਾਂ ਜੀ, ਅਫਸਰਾਂ ਨੂੰ ਕਹਿੰਦੇ ਹਾਂ ਨਹੀਂ ਕਹਿੰਦੇ, ਅਤੇ ਜਿੱਦਾਂ ਹੁਣ ਪਹਿਲੀਆਂ ਸਰਕਾਰਾਂ ਗਏ ਪੰਚਾਂ ਦਾ ਗਿਆ ਸਿਰ ਮੱਥੇ ਪਰਨਾਲਾ, ਉੱਥੇ ਸਾਡੇ ਕੋਲ ਵੀ ਝੰਡਾ ਡੰਡਾ ਹੈਗਾ, ਅਸੀਂ ਵੀ ਕਿਹੜਾ ਰੱਖਿਆ ਆ, ਗੱਡੀ ਦੇ ਸਪੀਕਰ ਵੱਧਾ ਆ, ਬਿਸਤਰਾ ਵਿੱਚ ਹੀ ਆ, ਜਿੱਥੇ ਵੀ ਰਾਤ ਪਊ ਉੱਥੇ ਰਵਾਂਗੇ। ਸਾਡਾ ਅੱਜ ਪ੍ਰੋਗਰਾਮ ਸੀਗਾ, ਅਸੀਂ ਹਾਈਵੇ ਜਾਮ ਕਰਨਾ ਸੀ ਅੱਜ, ਓਕੇ, ਇਸ ਕਰਕੇ ਕਿਉਂਕਿ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ, ਜਿਹਦੇ ਕਰਕੇ ਹੁਣ ਪ੍ਰਿੰਸੀਪਲ ਆਇਆ, ਅਸੀਂ ਆਪਣੇ ਸਾਥੀਆਂ ਨਾਲ ਹੁਣ ਚਾਹ ਪਾਣੀ ਦਾ ਲੰਗਰ ਸਾਡਾ ਉੱਥੇ ਚੱਲਦਾ, ਤੁਸੀਂ ਵੀ ਆਓ, ਤੁਹਾਨੂੰ ਬਿਸਕੁਟ ਵੀ ਖਵਾਉਂਦੇ ਆ, ਚਾਹ ਪਾਣੀ ਵੀ ਪਿਲਾਉਂਦੇ ਆ ਲਗਾਤਾਰ। ਕਿਰਤੀ ਕਿਸਾਨ ਯੂਨੀਅਨ ਵੱਲੋਂ 7 ਦਿਨ ਤੋਂ ਉੱਥੇ ਲੇਬਰ ਲਈ ਵੀ ਲੰਗਰ ਚੱਲਦਾ, ਸਾਰੇ ਲੋਕਾਂ ਲਈ ਵੀ ਚਾਹ ਪਾਣੀ 2 ਟਾਈਮ ਲੰਗਰ ਚੱਲਦਾ। ਕੱਲ ਤੋਂ ਚੱਲੂਗਾ ਕੰਮ ਕਹਿੰਦੇ ਉੱਥੇ, ਦੇਖੋ ਤੁਹਾਡੇ ਸਾਹਮਣੇ, ਠੀਕ ਹੈ ਸਰ, ਬੋਲ ਕੇ ਤਾਂ ਗਏ ਜੀ, ਤੁਸੀਂ ਵੀ ਸੁਣਿਆ ਹੋਣਾ, ਆਹ ਸਾਰੇ ਅਧਿਕਾਰੀਆਂ ਨੇ ਸੁਣਿਆ ਹੋਊਗਾ, ਨਾ ਹੋਊਗਾ ਤਾਂ ਫਿਰ ਸੜਕ ਹੈਗੀ ਆ, ਅਸੀਂ ਤਾਂ ਸੜਕ 'ਤੇ ਬੈਠਾਂਗੇ ਜਾਮ ਕਰ ਤੋਂ ਸਮਾਂ ਸਾਨੂੰ ਵਿਚਾਰਾਂ ਨੇ। ਸਰ ਤੁਹਾਡੇ ਕੋਲ ਕਿਸਾਨ ਜਥੇਬੰਦੀਆਂ ਆਈਆਂ ਸੀ ਕੁਛ ਮੰਗਾਂ ਲੈ ਕੇ, ਤੁਸੀਂ ਉੱਥੇ ਮੌਕੇ 'ਤੇ ਗਏ ਉਹਨਾਂ ਕੋਲ, ਸਰ ਕੀ ਉਹਨਾਂ ਦੀਆਂ ਮੰਗਾਂ ਸੀ, ਕੀ ਆਸ਼ਵਾਸਨ ਦਵਾਇਆ ਤੁਸੀਂ ਉਹਨਾਂ ਨੂੰ? ਦੇਖੋ ਭਰਾ ਜੀ, ਗੱਲ ਇਸ ਤਰ੍ਹਾਂ ਹੈਗਾ ਵੀ ਕਿਸਾਨ ਜਥੇਬੰਦੀਆਂ ਦੀ ਜੋ ਮੰਗਾਂ ਸੀ ਉਹਨਾਂ ਨੇ ਮੈਨੂੰ ਸਾਂਝੀਆਂ ਕੀਤੀਆਂ, ਉਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਅੱਜ ਕੱਲ੍ਹ ਜਿਹੜੀ ਤ੍ਰਾਸਦੀ ਚੱਲ ਰਹੀ ਆ, ਬਰਸਾਤੀ ਮੌਸਮ ਆ, ਪਿਛਲੇ ਦਿਨਾਂ ਦੇ ਵਿੱਚ ਭਾਖੜਾ ਬਿਆਸ ਤੋਂ ਜਿਹੜਾ ਸੀਗਾ ਪਾਣੀ ਆਇਆ ਸੀ, ਜਿਸ ਨੇ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਬਹੁਤ ਤਬਾਹੀ ਮਚਾਈ ਜੀ। ਉਹਦੇ ਤਹਿਤ ਹਲਕਾ ਵਿਧਾਨ ਸਭਾ ਫਲੋਰ ਦੇ ਜਿਹੜੇ 4 ਪੁਆਇੰਟ ਆ ਜਿਹਨਾਂ 'ਤੇ ਤੁਸੀਂ ਵੀ ਦੇਖਦੇ ਜਾ ਜਾ ਕੇ ਪਹਿਰਾ ਦਿੰਦੇ ਹਾਂ, ਅਸੀਂ ਵੀ ਦਿੰਦੇ ਹਾਂ, ਅਸੀਂ ਰਾਤਾਂ ਵੀ ਲਾ ਕੇ ਉਹਨਾਂ ਨੂੰ ਬਚਾਇਆ ਆ। ਇਹਨਾਂ ਦਾ ਇੱਕੋ ਇੱਕ ਸੁਝਾਅ ਸੀਗਾ ਵੀ ਜਿਹੜਾ ਮੌਤ ਸਾਹਿਬ ਜਿਹੜਾ ਪੁਆਇੰਟ ਹੈਗਾ, ਜਿਹੜਾ ਬੰਨ ਦਾ ਜਿਹੜਾ ਹੈਗਾ ਖਸਤਾ ਹਾਲਤ ਆ, ਵੀ ਉਹਨੂੰ ਬਚਾਉਣਾ। ਉੱਥੇ ਇਹਨਾਂ ਦੇ ਕੁਛ ਸ਼ੰਕਾਵਾਂ ਸੀਗੀਆਂ ਵੀ ਉੱਥੇ ਜਿਹੜਾ ਲੇਬਰ ਦੇ ਲਈ ਕੋਈ ਟੋਇਲਟ ਪ੍ਰਬੰਧ ਨਹੀਂ ਹੈ, ਜਾਂ ਜਿਹੜਾ ਹੈਗਾ ਉੱਥੇ ਕੋਈ ਲੇਬਰ ਘੱਟ ਹੈ। ਉਹਦੀ ਮੈਂ ਮੌਕੇ 'ਤੇ ਹੀ SDM ਸਾਹਿਬ ਨੂੰ ਜਿਹੜੇ ਹੈਗੇ ਆ ਫੋਨ ਕਰਕੇ ਉਹਨਾਂ ਨੂੰ ਦੱਸ ਦਿੱਤਾ ਵੀ ਉੱਥੇ ਜਿਹੜੀ ਹੈਗੀ ਆ ਇਹ ਸਭ ਕੁਝ ਮੁਹੱਈਆ ਕਰਵਾਇਆ ਜਾਵੇ। ਦੂਸਰੀ ਜਿਹੜੀ ਗੱਲ ਹੈ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਦਾ ਜਿਹੜਾ ਹੈਗਾ ਡਰੇਨ ਸਿਸਟਮ ਕਰਕੇ ਸਾਈਡ ਤੋਂ ਪਾਣੀ ਦਾ ਜਿਹੜਾ ਨਿਕਾਸੀ ਹੋਰ ਜਿਹੜਾ ਪ੍ਰਯੋਗ ਕੀਤਾ ਜਾਵੇ, ਉਹਦਾ ਵੀ ਵਿਭਾਗੀ ਤੌਰ 'ਤੇ ਸਰਕਾਰ ਦੇ ਧਿਆਨ 'ਚ ਅਸੀਂ ਉੱਚ ਅਧਿਕਾਰੀਆਂ ਦੇ ਰਾਹੀਂ ਜਿਹੜਾ ਹੈਗਾ ਉਹ ਵੀ ਲਿਆਵਾਂਗੇ। ਪਰੰਤੂ ਉੱਥੇ ਵੱਡੀ ਮਾਤਰਾ ਦੇ ਵਿੱਚ ਪਾਪੂਲਰ ਜਿਹੜੇ ਹੈਗੇ ਆ ਉਹ ਲਗਾਏ ਗਏ ਆ ਕਿਸਾਨ ਭਰਾਵਾਂ ਨੇ, ਉਹ ਜਿਹੜੇ ਪਾਪੂਲਰ ਜਿੰਨਾ ਚਿਰ ਉਹਨਾਂ ਨੂੰ ਆਪਾਂ ਪਰਿਸਾਈ ਨਹੀਂ ਕਰਦੇ, ਜਿਹੜਾ ਸਤਲੁਜ ਦਰਿਆ ਦਾ ਪਾਣੀ ਦਾ ਰੁੱਖ ਹੈ ਉਸ ਪੁਆਇੰਟ ਵੱਲ ਉਹ ਆ ਰਿਹਾ ਹੈਗਾ। ਅਸੀਂ ਕਿਸਾਨ ਭਰਾਵਾਂ ਨੂੰ ਵੀ ਮੈਂ ਇੱਥੇ ਬੇਨਤੀ ਕਰਦਾ ਇਹਨਾਂ ਜਥੇਬੰਦੀਆਂ ਰਾਹੀਂ, ਕਿਉਂਕਿ ਇਹ ਵਿੱਚੇ ਕਿਸਾਨ ਭਰਾ ਜਿਹੜੇ ਜਥੇਬੰਦੀਆਂ ਦੇ ਹਨ, ਇਹਨਾਂ ਨੂੰ ਅਸੀਂ ਇੱਕੋ ਗੁਜ਼ਾਰਿਸ਼ ਕਰਦੇ ਹਾਂ ਵੀ ਜਿਹੜੇ ਉਹ ਵਿੱਚ ਹੈਗੇ ਆ ਪਾਪੂਲਰਾਂ ਦੀ ਖੇਤੀ ਆ ਉਸ ਨੂੰ ਜਿਹੜਾ ਕੱਟਿਆ ਜਾਵੇ, ਔਰ ਉੱਥੇ ਜਿਹੜਾ ਜ਼ਖੀਰਾ ਜਿਹੜਾ ਬਣਿਆ ਹੈਗਾ ਪਾਣੀ ਜਿਹੜਾ ਹੈਗਾ ਆ ਉਹ ਪਾਲੀ ਸਾਈਡ ਨੂੰ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰਕਾਰ ਰਾਹੀਂ ਵੀ ਪਰੇ ਜਿਹੜਾ ਹੈਗਾ ਆ GCB ਲਾ ਕੇ ਜਿਹੜਾ ਹੈਗਾ ਉਹਨੂੰ ਪਰੇ ਉਹਦਾ ਰੁੱਖ ਮੋੜਿਆ ਜਾਵੇ। ਬਾਕੀ ਜਿਹੜਾ ਸੀਗਾ ਕੁਝ ਕੁ ਹੋਰ ਜਿਹੜੀਆਂ ਅਸੀਂ ਬਰਸਾਤੀ ਮੌਸਮ ਨੂੰ ਲੈ ਕੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੋਈਆਂ ਸੀ ਉਹ ਅਸੀਂ ਇਹਨਾਂ ਨੂੰ ਕਿਹਾ ਹੈਗਾ ਲਵੀ ਜਿਹੜਾ ਹੈਗਾ ਅਸੀਂ ਤੁਹਾਡੇ ਨਾਲ ਆ, ਪ੍ਰਸ਼ਾਸਨ ਤੁਹਾਡੇ ਨਾਲ ਆ, ਸਰਕਾਰ ਤੁਹਾਡੇ ਨਾਲ ਆ, ਅਸੀਂ ਡਟ ਕੇ ਜਿਹੜਾ ਗੱਲ ਪਹਿਰਾ ਦੇਵਾਂਗੇ। ਧੰਨਵਾਦ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।